ਬਰਗਾੜੀ ਕਾਂਡ ਵਿੱਚ ਅਕਾਲੀ ਦਲ ਦਾ ਨਾਮ ਆਉਣ ਤੋਂ ਬਾਅਦ ਅਕਾਲੀ ਦਲ ਦੀ ਮੁਸ਼ਕਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ IGPC ਦੇ ਪੂਰਵ ਪ੍ਰਧਾਨ ਅਵਤਾਰ ਸਿੰਘ ਮੱਕੜ ਅਕਾਲੀ ਦਲ ਦੇ ਖਿਲਾਫ਼ ਬੋਲ ਚੁੱਕੇ ਹਨ, ਉੱਥੇ ਹੀ ਹੁਣ ਲੁਧਿਆਣਾ ਤੋਂ ਅਕਾਲੀ ਆਗੂ ਮਲਕੀਤ ਸਿੰਘ ਬਿਰਮੀ ਵੀ ਅਕਾਲੀ ਦਲ ਨੂੰ ਅਸਤੀਫਾ ਦੇ ਚੁੱਕੇ ਹਨ। ਮੇਰੇ ਨਾਲ ਮਲਕੀਤ ਸਿੰਘ ਬਿਰਮੀ ਮੌਜੂਦ ਨੇ। ਬਿਰਮੀ ਸਾਹਿਬ, ਅਸਤੀਫਾ ਕਿਉਂ ਦੇਣਾ ਪਿਆ ਅਕਾਲੀ ਦਲ ਨੂੰ? ਅਸਤੀਫਾ ਤਾਂ ਮੈਂ ਸਿਰਫ ਇਸ, ਜਿਹੜਾ ਤੁਹਾਡਾ ਬਰਗਾੜੀ ਕਾਂਡ ਹੋਇਆ ਸੀ, ਇਹ ਬੜੀ ਭਾਰੀ ਘਟਨਾ ਸੀ ਸਾਡੇ ਸਿੱਖਾਂ ਵਾਸਤੇ। ਜਿਸ ਤਰੀਕੇ ਨਾਲ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਉੱਥੇ ਹੋਈ ਔਰ ਜਿਸ ਤਰੀਕੇ ਨਾਲ ਗੋਲੀ ਚੱਲੀ, 2 ਸਿੱਖ ਯੂਥ ਮਾਰੇ ਗਏ ਉੱਥੇ, ਔਰ ਉਸ ਤੋਂ ਬਾਅਦ ਅਕਾਲੀ ਸਰਕਾਰ ਨੇ ਜੋ ਰਸਿੰਗ ਕਮਿਸ਼ਨ ਬਿਠਾਇਆ, ਉਹਦੀ ਰਿਪੋਰਟ ਆਈ। ਪਹਿਲਾਂ ਤਾਂ ਰਿਪੋਰਟ ਹੀ ਰਿਸੀਵ ਨਹੀਂ ਕਰ ਰਹੇ ਸੀ, 8 ਘੰਟੇ ਵੇਟ ਕਰਕੇ ਉਹ ਗਿਆ। ਉਸ ਤੋਂ ਰਿਪੋਰਟ ਲੈ ਕੇ ਦਵਾ ਦਿੱਤੀ ਇਹਨਾਂ ਨੇ, ਨਾ ਇਹਨਾਂ ਨੇ ਪਬਲਿਕ ਕੀਤੀ, ਨਾ ਹਾਊਸ ਪੇਸ਼ ਕੀਤੀ, ਉਹਨੂੰ ਦਵਾਈ ਰੱਖਿਆ। ਆਹ ਹੁਣ ਜਦੋਂ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜਸਟਰ ਰਣਜੀਤ ਸਿੰਘ ਦਾ ਕਮਿਸ਼ਨ ਬਿਠਾਇਆ, ਹੁਣ ਉਹਦੀ ਰਿਪੋਰਟ ਆਈ ਹੈ। ਉਹ ਰਿਪੋਰਟ ਦੇ ਵਿੱਚ ਇਹਨਾਂ ਨੂੰ ਇੰਡਕਟ ਕੀਤਾ ਗਿਆ। ਉਹ ਰਿਪੋਰਟ ਦੇ ਵਿੱਚ ਹਜੇ ਬਿਲਕੁਲ ਕਲੀਅਰ ਤਾਂ ਕੁਝ ਨਹੀਂ ਹੋਇਆ, ਪਰ ਸਾਰੀ ਗੱਲ ਜਿਹੜੀ ਹੈ ਉਹ ਗੋਲੀ ਚਲਾਉਣ ਦੀ ਇਹਨਾਂ 'ਤੇ ਆ ਰਹੀ ਹੈ, ਚਾਹੇ DGP ਹੋਵੇ ਉਸ ਟਾਈਮ ਦਾ, ਚਾਹੇ ਮੁੱਖ ਮੰਤਰੀ ਹੋਣ, ਚਾਹੇ ਹੋਮ ਮਿਨਿਸਟਰ ਹੋਵੇ, ਜਿਹੜਾ ਵੀ ਸੀ, ਕਿਸੇ ਨਾ ਕਿਸੇ ਨੇ ਤਾਂ ਉਹਨੂੰ ਹਦਾਇਤ ਦਿੱਤੀ ਹੈ। ਅਦਰਵਾਈਜ਼ ਜਿਹੜੇ ਸੰਗਤ ਪੀਸਫੁੱਲ ਬੈਠੀ ਹੈ, ਰੱਬ ਦਾ ਨਾਂ ਜਪ ਰਹੀ ਹੈ, ਪਾਠ ਪੂਜਾ ਕਰ ਰਹੀ ਹੈ ਸਵੇਰੇ ਸਵੇਰੇ, ਉਹਨਾਂ ਦੇ ਬੈਠੇ ਗੋਲੀ ਚਲਾਉਣ ਦਾ ਮਤਲਬ ਕੀ ਸੀ? ਉਹਨੂੰ ਠਾਣਾ ਤਾਂ 2 ਸੁੱਟੀਆਂ ਮਾਰ ਕੇ ਉੱਧਰ ਉੱਠ ਜਾਂਦੇ ਉਹ ਬੰਦੇ, ਅਤੇ ਜੇ ਗੋਲੀ ਚੱਲੀ ਆ ਤਾਂ ਮੇਰਾ ਖਿਆਲ ਨਹੀਂ ਕਿ ਆਪਣੇ ਲੈਵਲ 'ਤੇ ਕੋਈ ਪੁਲਿਸ ਅਫੀਸਰ ਜੂਨੀਅਰ ਜਾਂ ਬੰਦਾ ਕੋਈ ਆਪਣਾ ਐਸਾ ਕੋਈ ਐਸਾ ਚਾਂਸ ਲੈ ਸਕਦਾ ਜਾਂ ਐਡਾ ਵੱਡਾ ਡਿਸੀਜ਼ਨ ਲੈ ਲਏਗਾ, ਉਹ ਕਿਤੋਂ ਉੱਪਰੋਂ ਆਈ ਹੈ। ਉਹ ਗੱਲ ਅਜੇ ਕਲੀਅਰ ਹੋਣੀ ਬਾਕੀ ਹੈ ਕਿ ਜਦੋਂ ਇਹਨਾਂ ਬੁਲਾਇਆ ਜਾਏਗਾ, ਇਹਨਾਂ ਦੀ ਕੋਈ ਇੰਟਰੋਗੇਸ਼ਨ ਹੋਏਗੀ ਜਾਂ ਵੈਸੇ ਜਵਾਬ ਤਰ ਵੀ ਹੋਏਗੀ, ਉਹਦੇ 'ਚ ਕੀ ਸਾਹਮਣੇ ਆਉਣਾ ਚੱਲ ਕੇ ਕਿਹਨੇ ਕਹੀ ਅਫਿਸ ਆਪਣੇ ਅਫੀਸਰ ਦੱਸਣਗੇ। ਔਰ ਦੂਸਰੀ ਗੱਲ ਰਹੀ ਇਹ ਬੇਅਦਬੀ ਕਾਂਡ ਵਾਲੀ, ਜਦੋਂ ਉਹ ਕਮਿਸ਼ਨ ਦੀ ਰਿਪੋਰਟ ਨੂੰ ਲਈ, ਹੁਣ ਆਇਆ ਕਮਿਸ਼ਨ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਹੱਥ ਲੱਗਦਾ ਹੈ ਪੋਲੀਟਿਕਲ ਲੋਕਾਂ ਦਾ, ਉਹਦੇ ਵਾਸਤੇ ਲੋਕਾਂ 'ਚ ਬੜਾ ਭਾਰੀ ਰੋਸ ਪਾਇਆ ਜਾ ਰਿਹਾ ਸੀ ਇਸ ਚੀਜ਼ ਦੇ ਵਿੱਚ। ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਸਿੱਖਾਂ ਦੀ ਮਹਾਨ ਸੰਸਥਾ ਕਹਾਉਣ ਵਾਲੀ ਬੋਡੀ, ਇਹ ਆਪ ਹਮੇਸ਼ਾ ਕਹਿੰਦੇ ਆ ਕਿ ਸਿੱਖਾਂ ਦੇ ਅਸੀਂ ਸਭ ਤੋਂ ਵੱਡੇ ਰਾਖੇ ਹਾਂ, ਅਤੇ ਜੇ ਸਿੱਖਾਂ ਦਾ ਸਿੱਖੀ ਦਾ ਘਾਣ ਕਰਨ ਲੱਗੇ ਹਨ, ਇਸ ਦਾ ਗੁਰੂ ਮਹਾਰਾਜ ਦੀ ਬੇਅਦਬੀ ਹੋਵੇ ਔਰ 73 ਲੋਕਾਂ 'ਤੇ ਗੋਲੀਆਂ ਚਲਾਉਣ, ਤਾਂ ਫਿਰ ਉਸ ਪਾਰਟੀ 'ਚ ਰਹਿਣ ਦਾ ਮੇਰਾ ਮਨ ਨਹੀਂ ਕਰ ਰਿਹਾ ਸੀਗਾ। ਮੈਂ ਅੰਦਰੋਂ ਬਹੁਤ, ਮੇਰੀ ਆਤਮਾ ਦੁਖੀ ਸੀ। ਮੈਂ  3-4 ਦਿਨ ਬੜਾ ਸੋਚਿਆ, ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰਕ ਮੈਂਬਰ ਨਾਲ ਗੱਲ ਕੀਤੀ, ਗੱਲ ਕਰਕੇ ਦੈਨ ਆਈ ਟੁੱਕ ਏ ਡਿਸੀਜਨ ਕਿ ਮੈਂ ਪਾਰਟੀ 'ਚ ਨਹੀਂ ਰਹਿਣਾ ਚਾਹੁੰਦਾ, ਤਾਂ ਮੈਂ ਆਪਣਾ ਅਸਤੀਫਾ ਭੇਜਿਆ। ਤੁਹਾਡਾ ਕਹਿਣਾ ਵਾ ਕਿ ਅਗਰ ਜਾਂਚ 'ਚ, ਹਾਲਾਂਕਿ ਜਾਂਚ 'ਚ ਹਾਲੇ ਜਾਂਚ ਹੋਣਾ ਇਸ ਚੀਜ਼ ਦਾ, ਅਗਰ ਜਾਂਚ 'ਚ ਇਹਨਾਂ ਦਾ ਨਾਮ ਕਲੀਅਰ ਹੋ ਜਾਂਦਾ ਵਾ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤੁਹਾਨੂੰ ਲੱਗਦਾ? ਬਿਲਕੁਲ, ਮੈਂ ਕਹਿੰਦਾ ਕੋਈ ਵੀ ਹੋਵੇ, ਕਿੱਡਾ ਵੱਡਾ ਕੋਈ ਅਫੀਸਰ ਹੋਵੇ, ਕਿੱਡਾ ਵੱਡਾ ਕੋਈ ਸਿਆਸਤਦਾਨ ਹੋਵੇ, ਪੋਲੀਟੀਸ਼ੀਅਨ, ਅਗਰ ਉਹਦਾ ਕੋਈ ਹੱਥ ਆਉਂਦਾ ਇਸ ਚੀਜ਼ ਦੇ ਵਿੱਚ, ਬੇਅਦਬੀ ਦੇ ਵਿੱਚ ਜਾਂ ਗੋਲੀ ਕਾਂਡ ਦੇ ਵਿੱਚ, ਤਾਂ ਸਜ਼ਾ ਬਿਲਕੁਲ ਮਿਲਣੀ ਚਾਹੀਦੀ ਹੈ। ਕਾਨੂੰਨ ਤਾਂ ਸਭ ਵਾਸਤੇ ਬਰਾਬਰ ਹੈ, ਕਿਸੇ ਵਾਸਤੇ ਨਹੀਂ ਹੁੰਦਾ। ਅੱਗੇ ਕੋਈ ਗੱਲ ਹੋਈ ਸੀ ਅਤੇ ਜਿਹੜੇ ਸਾਡੇ ਫੋਰਵਰਡ DGP ਸੀਗੇ ਆਪਣੇ ਮਿਸਟਰ ਵਿਰਕ, ਉਹਨਾਂ ਨੂੰ ਲਿਆ ਕੇ ਬੰਦ ਕੀਤੇ ਅੰਦਰ, ਅਤੇ ਹੁਣ ਲੈ ਕੇ ਉਹ ਨਹੀਂ ਹੋ ਸਕਦੇ ਫਿਰ। ਔਰ ਜੇ ਇੱਥੇ ਪ੍ਰਧਾਨ ਮੰਤਰੀ ਇੱਕ ਦਾ ਟਾਈਮ ਦੀ ਅਰੈਸਟ ਹੋ ਸਕਦੀ ਹੈ, ਅਤੇ CM ਕਿਉਂ ਨਹੀਂ ਹੋ ਸਕਦਾ? ਅਗਰ ਦੋਸ਼ੀ ਪਾਇਆ ਜਾਵੇ ਤਾਂ ਮੈਂ ਇਹ ਕਹਿੰਦਾ ਕਿ ਐਸੇ ਚੱਕਰ ਦੇ ਵਿੱਚ, ਐਸੀਆਂ ਚੀਜ਼ਾਂ ਦੇ ਵਿੱਚ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ ਸੰਗਤਾਂ ਦੀਆਂ, ਉੱਥੇ ਕਿਸੇ ਨਿਰਦੋਸ਼ ਨੂੰ ਪਰੇਸ਼ਾਨ ਕਰਨਾ ਚਾਹੀਦਾ, ਗੁਨਾਹਗਾਰ ਨੂੰ ਬਖਸ਼ ਲੈਣਾ ਚਾਹੀਦਾ, ਕਿੱਡਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ ਕੋਈ। ਤੁਸੀਂ ਪਾਰਟੀ ਵਿੱਚ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਹੋਰ ਆਗੂ ਨੂੰ ਹੋਰ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਅਸਤੀਫੇ ਦੇਣ ਇਸ ਪਾਰਟੀ ਨੂੰ? ਦੇਖੋ, ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਪਹਿਲਾਂ ਡੇਰਾ ਸੱਚਾ ਸੌਦਾ ਕੇਸ ਹੋਇਆ ਸੀ, ਉਹਨੇ ਬਹੁਤ ਮਾੜੀ ਘਟਨਾ ਕੀਤੀ ਸੀ, ਜੋ ਕਿ ਉਹਨੇ ਸਾਡੇ ਗੁਰੂ ਮਹਾਰਾਜ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ,
ਉਸ 'ਤੇ ਜਨਤਾ ਬਹੁਤ ਦੁਖੀ ਹੋਈ ਸੀ, ਪਬਲਿਕ ਬਹੁਤ ਦੁਖੀ ਹੋਈ, ਸਿੱਖਾਂ ਨੂੰ ਬੜੀ ਠੇਸ ਪਹੁੰਚੀ ਸੀ। ਉਦੋਂ ਇਹਨਾਂ ਨੇ ਬਹੁਤ ਸਖਤ ਉੱਤੇ ਐਕਸ਼ਨ ਲੈ ਕੇ ਉਹਨੂੰ ਗਦਾਰ ਦਿੱਤਾ ਸੀ ਕੌਮ ਦਾ ਕਰਾਰ। ਉਸ ਤੋਂ ਕੀ ਹੋਇਆ, ਅੰਦਰ ਖਾਤੇ ਕੀ ਤਾਣਾ ਬੁਣਿਆ ਗਿਆ, ਮੁੜ ਕੇ ਉਹਨੂੰ ਬਰੀ ਕਰਤਾ, ਕਲੀਨ ਚਿੱਟ ਦਿੱਤੀ। ਜਦੋਂ ਸਿੱਖਾਂ ਰੋਹ ਦੇਖਿਆ, ਉਹ ਜ਼ੋਰ ਪਿਆ, ਚੱਕ ਕੇ ਫਿਰ ਉਹਨੂੰ ਕਰਤਾ ਤਨਖਾਹੀਆ ਕਿ ਇਹ ਤਾਂ ਜੀ ਠੀਕ ਹੈ, ਇਹ ਤਾਂ ਰਿਪੋਰਟ ਨਹੀਂ ਕਰ, ਕਲੀਅਰ ਨਹੀਂ ਕਰਦੇ ਇਹਨੂੰ। ਮੈਂ ਕਹਿੰਦਾ ਕਿ ਜਿਹੜੇ ਸਾਡੇ ਸਿੱਖ ਲੀਡਰ ਜਿਹੜੇ ਉੱਥੇ ਬੈਠੇ ਆ, ਸੋ ਕੋਲ ਜਥੇਦਾਰ ਗੁਰੂ ਮਹਾਰਾਜ ਦੇ ਘਰ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਉੱਤੇ ਵੀ, ਜਾਂ SGP ਦੇ ਪ੍ਰਧਾਨ ਨੇ, ਜਾਂ ਤਾਂ ਉਹ, ਮੈਂ ਕਹਿੰਦਾ ਹੈ ਕਿ ਬਿਲਕੁਲ ਨਿਰਪੱਖ ਹੋ ਕੇ ਗੁਰੂ ਮਹਾਰਾਜ ਦੀ ਸੇਵਾ ਕਰਨ, ਕਿਸੇ ਪੋਲੀਟੀਕਲ ਹੱਥਾਂ 'ਚ ਨਾ ਖੇਡਣ, ਲਿਫਾਫਿਆਂ 'ਚ ਚਿੱਠੀਆਂ ਕੱਢ ਕੇ ਨਾ ਕਿਸੇ ਨੂੰ ਬੁਲਾਉਣ। ਅਤੇ ਨਹੀਂ ਉਹ ਕਰ ਸਕਦੇ ਇਹ, ਵੀ ਉਹਨਾਂ ਦੇ ਬਸ ਦੀ ਗੱਲ ਨਹੀਂ ਹੈ ਇੰਨਾ ਕਾਊਂਟਰ ਕਰਨਾ ਵੱਡੇ ਲੀਡਰਾਂ ਨੂੰ, ਆਪਣਾ ਅਸਤੀਫਾ ਦੇ ਘਰ ਬੈਠਣ, ਫਿਰ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਅਸੀਂ ਪਵਿੱਤਰ ਸਥਾਨ 'ਤੇ ਬੈਠ ਕੇ ਐਸੇ ਗਲਤ ਕੰਮ ਕਰਨੇ। ਇਸ ਕੰਮ ਲਈ ਤੁਸੀਂ ਕੋਈ ਮੁਹਿੰਮ ਛੇੜੂੰਗੇ ਜੀ? ਮੈਂ ਹੁਣ ਜਦ ਚੁੱਕਿਆ ਗੱਲ, ਅਤੇ ਮੁਹਿੰਮ ਤਾਂ ਚੱਲ ਰਹੀ ਹੈ। ਮੈਂ ਤਾਂ ਅਪੀਲ ਕਰਾਂਗਾ ਬਾਕੀ ਸਾਰੇ ਜਿੰਨੇ ਵੀ ਗੁਰੂ ਦੇ ਪਿਆਰੇ ਸਿੱਖ ਨੇ, ਕਿ ਜਿਹੜੇ ਜਿਹੜੇ ਦੇ ਮਨ 'ਚ ਗੱਲ ਹੈ ਕਿ ਹਾਂ ਸਾਡੇ ਸਿੱਖਾਂ ਨੂੰ ਠੇਸ ਪਹੁੰਚੀ ਇਸ ਚੀਜ਼ ਦੀ, ਉਹ ਇਸ ਪਾਰਟੀ ਤੋਂ ਦੂਰ ਹੋਣ, ਅਸਤੀਫੇ ਦੇਣ ਅਤੇ ਛੱਡ ਦੇਣ ਇਸ ਪਾਰਟੀ ਨੂੰ, ਤਾਂ ਜਾ ਕੇ ਉਹਨਾਂ ਦਾ ਨਾਂ ਵੀ, ਉਹਨਾਂ ਮਨ ਨੂੰ ਵੀ ਸ਼ਾਂਤੀ ਮਿਲੇਗੀ, ਉਦੋਂ ਲੋਕਾਂ ਦੇ ਵਿੱਚ ਵੀ ਗੱਲ ਆਏਗੀ ਵਾਕਈ ਜਿਹੜੇ ਸਾਡੇ ਸਿੱਖ ਸਾਹਿਬਾਨ ਨੇ ਉਹ ਆਪਣੇ ਗੁਰੂਆਂ ਨਾਲ ਪਿਆਰ ਕਰਦੇ ਆ। ਇਹ ਸਾਨੂੰ ਮਲਕੀਤ ਸਿੰਘ ਬਿਰਮੀ, ਮੈਂ ਦੱਸਣਾ ਚਾਹਾਂਗਾ ਕਿ ਮਲਕੀਤ ਸਿੰਘ ਬਿਰਮੀ ਕਾਂਗਰਸ ਵਿੱਚ ਵੀ ਸੀਨੀਅਰ ਨੇਤਾ ਰਹੇ ਨੇ ਅਤੇ ਕੈਬਨਿਟ ਮੰਤਰੀ ਵੀ ਰਹੇ ਨੇ। ਉਸ ਤੋਂ ਬਾਅਦ 2014 ਵਿੱਚ ਇਹ ਅਕਾਲੀ ਦਲ ਨੂੰ ਸ਼ਾਮਿਲ ਹੋ ਗਏ ਸਨ, ਜਿਸ ਤੋਂ ਬਾਅਦ ਅੱਜ ਇਹ ਅਸਤੀਫਾ ਜਿਹੜਾ ਅਕਾਲੀ ਦਲ ਨੂੰ ਦੇ ਚੁੱਕੇ ਹਨ। ਲੁਧਿਆਣਾ ਤੋਂ ਨਰਿੰਦਰ ਮਹਿੰਦਰ, ਜਗਬਾਣੀ TV।